ਤੁਹਾਡਾ ਪਿਆਸਾ ਬਾਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਹਰ ਕਿਸੇ ਦੀ ਇੱਛਾ ਹੁੰਦੀ ਹੈ ਜੋ ਵੀ ਕੀਰਤਨ ਕਰਦਾ ਹੈ ਗੁਰਮਤ ਸੰਗੀਤ ਦਾ ਕਿ ਅਸੀਂ ਇੱਕ ਵਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਕੀਰਤਨ ਜ਼ਰੂਰ ਕਰਨਾ ਹੈ ਉਹਨਾਂ ਦੀ दिली ਇੱਛਾ ਹੁੰਦੀ ਹੈ ਅਰਦਾਸਾਂ ਵੀ ਕਰਦੇ ਨੇ ਪਰ ਮੌਕਾ ਜਿਹੜਾ ਕਿਸੇ-ਕਿਸੇ ਨੂੰ ਮਿਲਦਾ ਹੈ ਸੋ ਇਹ ਮੌਕਾ ਜਿਹੜਾ ਉੱਥੇ ਬੈਠਣ ਦਾ ਕਿਹਨਾਂ ਨੂੰ ਦਿੱਤਾ ਜਾਂਦਾ ਹੈ ਕਿਸ ਤਰ੍ਹਾਂ ਚੋਣ ਹੁੰਦੀ ਹੈ ਆਪ ਜੀ ਤੋਂ ਜਾਨਣਾ ਚਾਹਾਂਗੇ ਬੜਾ ਪੇਚੀਦਾ ਸਵਾਲ ਹੈ ਚੋਣ ਤਾਂ ਕਦੀ ਹੁੰਦੀ ਸੀ ਜੀ ਸ਼ਾਇਦ ਹੁਣ ਚੋਣ ਕਰਨ ਦਾ ਉਹ ਪੈਮਾਨਾ ਨਹੀਂ ਰਿਹਾ ਮੈਂ ਗੱਲ ਦੀ ਸ਼ੁਰੂਆਤ ਕਰਦਾ ਇੱਥੋਂ ਜੀ ਹਾਲਾਂਕਿ ਜਿਹੜੀ ਸ਼ੋਨਿੰਗੁਰ ਦਾ ਪੰਧ ਕਮੇਟੀ ਵੱਲੋਂ ਪੰ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੀ ਜਿਊਰੀ ਹੈ ਪੰਜਾਂ ਦੀ ਜੀ ਜਿਹੜੀ ਦਰਵਾਦ ਸਭ ਦੇ ਕੀਤਨੀਆਂ ਦੀ ਸਿਲੈਕਸ਼ਨ ਕਰਦੀ ਜੰਬਾਰ ਸ਼੍ਰੋਮਕ ਮਿਟੀ ਗੁਰਦਵਾਰਪੰਦ ਕੁਟੀデアਦਾਰੇ ਲਈ ਜੀ ਸਿਲੈਕਸ਼ਨ ਕਰਦੀ ਕੀਰਤਨੀਆਂ ਦੀ ਉਹਨੂੰ ਕਹਿੰਦੇ ਕੀਰਤਨ ਸਬ ਕਮੇਟੀ ਜੀ ਕੌਣ ਕੌਣ ਉਹਦੇ ਮੈਂਬਰ ਨੇ ਇਹ ਵੀ ਜਾਨਣਾ ਚਾਹੁੰਦਾ ਮੈਂ ਵੀ ਉਹਦਾ ਮੈਂਬਰ ਡਾਕਟਰ ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾਲੇ ਜੀ ਪ੍ਰੋਫੈਸਰ ਕਰਤਾਰ ਸਿੰਘ ਜੀ ਸਤਿਜੀਤ ਸਿੰਘ ਢਿੱਲੋਂ ਜੀ ਇੱਕ ਮਨ ਜੋ ਦਰਬਾਰ ਸਭ ਦੇ ਕੋਈ ਵੀ ਸਿੰਘ ਸਾਹਿਬ ਹੁੰਦੇ ਜੀ ਅੱਜ ਕੱਲ ਜੋ ਚੱਲਦੇ ਆ ਜੀ ਬੇਸ਼ੱਕ ਸਾਨੂੰ ਇਹ ਹਦਾਇਤਾਂ ਹੁੰਦੀਆਂ ਐ ਸ਼ੋਨਿਕੁਰ ਦਾ ਪੰਡ ਕੁੱਟਦੇ ਪ੍ਰਧਾਨ ਸਾਹਿਬ ਵੱਲੋਂ ਦਫ਼ਤਰ ਵੱਲੋਂ ਕਿ ਬੜੀ ਬਰੀਕ छन्ਨੀ ਰੱਖਣੀ ਐ ਔਰ ਬੜੇ ਉਹ ਹੀ ਬੰਦੇ ਰੱਖਣੇ ਆ ਜਿਹੜੇ ਗੁਰਮੁਖ ਸੰਗੀਤ ਨੂੰ ਸਮਰਪਿਤ ਹੋਣ ਤੇ ਜਿਹੜੇ ਡਿਜ਼ਰਵ ਕਰਦੇ ਹੋਣ ਜੀ ਜੀ ਔਰ ਇਹ ਸਾਨੂੰ ਗੱਲ ਚੰਗੀ ਲੱਗਦੀ ਸਾਰਿਆਂ ਨੂੰ ਬਿਲਕੁਲ ਪਰ ਜਿਸ ਦਿਨ ਇੰਟਰਵਿਊ ਹੁੰਦਾ ਹੈ ਪਤਾ ਨਹੀਂ ਕਿੱਥੋਂ ਕਿਸੇ ਨੂੰ ਪਤਾ ਲੱਗ ਜਾਂਦਾ ਕਿੱਥੋਂ ਕਿੱਥੋਂ ਫੋਨ ਕਰਾ ਚਉਣ ਲੱਗ ਪੈਂਦੇ ਆ ਜੀ ਸਾਡਾ ਬੰਦਾ ਰੱਖਣਾ ਜੀ ਜਦ ਤੱਕ ਸਾਨੂੰ ਤਾਂ ਹਦਾਇਤਾਂ ਮਿਲੀ ਹੁੰਦੀਆਂ ਵੀ ਤੁਸੀਂ ਇਸ ਤਿੱਖੇ ਰੱਖਣੇ ਜਿਹੜਾ ਰੱਖਣ ਦੇ ਯੋਗ ਹੋਵੇ ਜੀ ਜਦੋਂ ਇੰਟਰਵਿਊ ਲਈਦਾ ਅੰਦਰ ਵੀ ਕਿਸੇ ਨੂੰ ਵੜਨ ਦੀ ਮਨਾਈ ਹੁੰਦੀ ਹੈ ਲੇਕਿਨ ਐਸੇ ਐਸੇ ਮੈਂਬਰ ਸ਼੍ਰੋਣੀ ਗੁਰਦਾਪਨ ਕਮੇਟੀ ਦੇ ਜਥੇਦਾਰਾਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ ਕਿੰਨੇ ਜੀ ਸਾਡਾ ਬੰਦਾ ਰੱਖਣਾ ਜੀ ਅਸੀਂ ਉਹਨਾਂ ਨੂੰ ਕਹਿੰਨੇ ਜੀ ਇਹ ਤੇ ਯੋਗ ਹੀ ਨਹੀਂ ਕਿਉਂ ਨਹੀਂ ਜੀ ਰੱਖਣਾ ਪਏਗਾ ਮੈਂ ਬਾਦਲ ਸਾਹਿਬ ਕੋਲੋਂ ਸਾਨੂੰ ਫੋਨ ਕਰਾ ਦੇਵਾਂਗਾ ਜੀ ਉਹ ਸਾਨੂੰ ਥ੍ਰੈਟ ਕੀਤਾ ਜਾਂਦਾ ਹੈ ਜੀ ਜਦ ਕਿ ਸ਼ੋਨੀਗੋ ਦਾ ਬੰਦ ਕਮੇਟੀ ਵਾਲਾ ਸਾਨੂੰ ਇਸ ਤਰ੍ਹਾਂ ਨਹੀਂ ਕਦੀ ਕਿਹਾ ਗਿਆ ਪ੍ਰਧਾਨ ਸਾਹਿਬ ਵੱਲੋਂ ਜੀ ਫਿਰ ਬਹੁਤ ਵਾਰੀ ਇਸ ਤਰ੍ਹਾਂ ਹੁੰਦੀ ਹੈ ਕਿ ਕੁਝ ਮੈਂਬਰ ਦੇ ਕਹਿਣ ਹੁੰਦੇ ਆ ਬਜਦ ਹੁੰਦੇ ਕਿ ਹਾਂ ਆਪਾਂ ਉਹ ਹੀ ਕੰਮ ਕਰਨਾ ਜੋ ਸਾਨੂੰ ਕਮੇਟੀ ਨੇ ਜਿਵੇਂ ਹੰਦਿਆ ਦਿੱਤੀ ਆ ਪਰ ਕੁਝ ਵਿੱਚੋਂ ਫਿਸਲ ਜਾਂਦੇ ਨਹੀਂ ਜਿੰਨੀ ਮੰਨਣੀ ਤਾਂ ਪੈएगी ਸਾਨੂੰ ਇਹ ਕਰਨਾ ਤਾਂ ਪੈਏਗਾ ਮਤਪੇਦ ਹੋ ਜਾਂਦਾ ਮਤਪੇਦ ਸਾਡੇ ਵਿੱਚ ਵੀ ਹੋ ਜਾਂਦੇ ਜੀ ਉਥੇ ਆਣ ਕਿੰਨੇ ਜੀ ਇਹਨੂੰ ਰੱਖ ਲੋ ਜੀ ਇੱਕ ਬੰਦਾ ਰੱਖ ਲੋ ਕਰ ਕਰ ਕੇ ਜਦੋਂ ਇੱਕ ਨੂੰ ਤੁਸੀਂ ਅੰਦਰ ਵੜ ਲਿਆ ਤਾਂ ਵੀ ਹੋਰ ਵੀ ਬਹੁਤ ਕੁਝ ਹੋ ਜਾਂਦਾ ਹੈ ਬਿਲਕੁਲ ਦਰਸਲ ਭੈਣ ਜੀ ਇਹ ਗੁਰਮਤ ਸੰਗੀਤ ਦਾ ਮਿਆਰ ਦਰਬਾਰ ਸਭਾ ਦਾ ਜਿਹੜਾ ਐਡਾ ਵੱਡਾ ਸੀ ਸੀ ਮੈਂ ਤਾਂ ਕਿਹਾ ਕਿ ਹੁਣ ਨਹੀਂ ਰਿਹਾ ਉਹ ਨਾ ਜੀ ਜੀ ਉਹ ਲੈਵਲ ਨਹੀਂ ਇਤਫਾਕਨ ਮੇਰੇ ਉਸਤਾਦ ਜੀ ਮੇਰੇ ਨਾਲ ਇੱਕ ਦਰਬਾਰ ਸਭਾ ਮੱਥਾ ਟੇਕਣ ਗਏ ਮੇਰੇ ਬਰਾਤ ਉਗਲਾ ਮਲੀ ਸਾਹਿਬ ਜੀ ਪਾਕਿਸਤਾਨ ਵਾਲੇ ਲਾਹੌਰੋਂ ਆਏ ਸੀ ਇੱਥੇ ਇਸ ਰੂਮ 'ਚ ਬੈਠੇ ਸੀ ਤੇ ਮੈਨੂੰ ਕਹਿੰਦੇ ਯਾਰ ਮਨ ਕਰਦਾ ਕਿ ਅੱਜ ਬਾਬੇ ਨਾਨਕ ਦੇ ਦਰਬਾਰ ਜਾ ਕੇ ਆਈਏ ਉਹ ਇਸ ਤਰ੍ਹਾਂ ਕਹਿੰਦੇ ਜੀ ਕਿਉਂਕਿ ਬਾਬਾ ਨਾਨਕ ਨੂੰ ਜ਼ਿਆਦਾ ਮੰਨਦੇ ਹੋ ਬਿਲਕੁਲ ਮੈਂ ਕਿਹਾ ਚਲੋ ਅਸੀਂ ਚਲੇ ਗਏ ਦੋਵੇਂ ਭਾਵੇਂ ਉਹਨਾਂ ਛੁਪ ਕੇ ਰਹਿਣ ਪਰ ਦੁਨੀਆ ਉਹਨਾਂ ਨੂੰ ਜਾਣ ਲੈਂਦੀ ਅਸੀਂ ਦੋਵੇਂ ਗਏ ਅੱਜ ਅਸੀਂ ਘੰਟਾ ਕਰਦਿਆਂ ਪ੍ਰਕਰਮਤ ਉਤਰੇ ਜਾਂ ਤੇ ਉਹਨ ਦਾ ਮੂੜ ਬੜਾ ਆਫ ਹੋ ਗਿਆ ਕਹਿੰਦੇ ਓਹੋ ਹੋ ਹੋ ਬੇ ਕੀ ਹੋ ਗਿਆ ਕਹਿੰਦੇ ਇਹ ਤੇ ਉਹ ਬਾਬੇ ਨਾਨਕ ਦਾ ਦਰਬਾਰ ਸੀ ਜਿੱਥੋਂ ਦੇ ਸੰਗੀਤਕਾਰ ਇੰਨੇ ਵੱਡੇ ਸੀ ਕਿ ਹਿੰਦੁਸਤਾਨ ਦੇ ਗਵਈਏ ਉਹਨਾਂ ਤੋਂ ਕੰਨ ਪੰਦੇ ਸੀ ਗੋਣ ਲਈ ਤੇ ਇਹ ਕੀ ਗਾ ਰਿਹਾ ਹੈ ਕੋਈ ਐਨ ਜਾਣ ਬੰਦਾ ਕਿਉਂ ਲੱਗਾ ਹੋਇਆ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਜੀ ਇੱਥੇ ਦੀ ਸੰਗੀਤ ਵਿੱਚ ਸਾਡੇ ਵੱਡੇ-ਵਡੇਰੇ ਤਰਸਦੇ ਸੀ ਤੇ ਉਹ ਨਕਲ ਕਰਦੇ ਸੀ ਬڑے غلام अली ਸਾਹਿਬ ਸੁਣ ਆਉਂਦੇ ਹੁੰਦੇ ਸੀ ਜੀ ਇੱਥੇ ਬੇਗ ਮਖਤੂਰੀਆਂ ਬੈਠ ਬੈਠ ਕੇ ਸੁਣਦੇ ਰਹੀਆਂ ਜ਼ਾਹਿਦਾ ਪ੍ਰਵੀਨ ਜੀਆਂ ਬੈਠ ਕੇ ਸੁਣਦੇ ਰਹੀਆਂ ਬਰਕਤ ਅਲੀ ਉੜੀ ਆਸ਼ਕਲੀ ਹੁਣੀ ਔਰ ਇਹ ਤ੍ਰਿਵਿੰਦਰ ਨਾਟਕੋਰ ਵਰਗੇ ਆਣਨ ਕੇ ਕੀਰਤਨ ਸੁਣਦੇ ਰਹੇ ਕਿਤੇ ਕਿਤੇ ਲੋਕ ਵਜੀਸ਼ਵਰਗੇ ਇਥੇ ਆਣ ਕੇ ਯਾਨੀ ਦੁਨੀਆਂ ਦੇ ਵੱਡੇ ਵੱਡੇ ਕਲਾਕਾਰ ਜਾਂ ਸੰਗੀਤ ਦੇ ਪਾਰਕ ਕੋ ਇਥੇ ਆਣ ਕੇ ਸੁਣਦੇ ਸੀ ਵੀ ਸੰਗੀਤ ਲੋਕੀਏ ਸੁਦੇ ਸੀ ਸੰਗੀਤ ਦੀ ਧਾਰਾ ਹੀ ਇਥੋਂ ਚੱਲਦੀ ਹੈ ਬਿਲਕੁਲ ਸੰਗੀਤ ਦਾ ਜਿਹੜਾ ਆਬੇ ਹਿਆਤੀ ਚਸ਼ਮਾ ਹੈ ਹੀ ਇਥੇ ਜੀ ਕਹਿੰਦੇ ਇਹ ਕੀ ਹੋ ਰਿਹਾ ਮੇਰਾ ਤੇ ਮਨ ਬੜਾ ਖਰਾਬ ਹੋ ਗਿਆ ਮੇਰੇ ਤੇ ਮੇਰੇ ਤੇ ਕੰਨ ਵੀ ਸੂਰੇ ਹੋ ਗਏ ਵੀ ਇਹ 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 ਕੌਣ ਕਰਦਾ ਹੈ ਜੀ ਮੈਂ ਕਹਿੰਦਾ ਤੁਸੀਂ ਮੈਨੂੰ ਕਿਉਂ ਕਹਿ ਰਹੇ ਹੋ ਮੇਰੇ ਵੱਸ ਦੀ ਗੱਲ ਨਹੀਂ ਮੌਜੂਦਾ ਸਮੱਸਿਆ ਸਤੀ ਕੁਝ ਅਜਿਹੀ ਹੋ ਗਈ ਹੈ ਕਿ ਬੜਾ ਮੁਸ਼ਕਲ ਹੋਇਆ ਪਿਆ ਆਲਮੇ ਕੁਝ ਹੋ ਗਿਆ ਜੀ ਤੇ ਉਹਨਾਂ ਉਹਨਾਂ ਕਿਤੇ ਦੁਆ ਕੀਤੀ ਕਹਿੰਦੇ ਖੁਦਾਵੰਦ کریم ਇਥੇ ਹੋ ਜਾ ਸੰਗੀਤ ਮੁੜ ਕੇ ਲਿਆ